ਅਸੀਂ ਇਸ ਤੋਂ ਇਲਾਵਾ ਮਾਣਯੋਗ ADGP ਸਾਹਿਬ ਟ੍ਰੈਫਿਕ ਨੇ ਸਾਨੂੰ ਇੱਕ ਹਦਾਇਤ ਕੀਤੀ ਸੀ ਵੀ ਜਨਤਕ ਥਾਵਾਂ 'ਤੇ ਸਕੂਲ ਦੇ ਵਿੱਚ ਜਾਂ ਬੱਸ ਸਟੈਂਡ 'ਤੇ ਰੇਲਵੇ ਸਟੇਸ਼ਨਾਂ 'ਤੇ ਫਲੈਕਸ ਬਣਾ ਕੇ ਲਾਓ ਜਿਹਦੇ ਉੱਪਰ ਮਤਲਬ ਇਹ ਅਵੇਅਰ ਕਰੋ ਲੋਕਾਂ ਨੂੰ ਵੀ 18 ਸਾਲ ਤੋਂ ਘੱਟ ਉਮਰ ਦੇ ਬੱਚੇ ਆ ਬਾਈਕ ਨਾ ਚਲਾਉਣ, ਜੇਕਰ ਚਲਾਉਣਗੇ ਤਾਂ ਕਾਨੂੰਨ ਅਨੁਸਾਰ ਉਹਨਾਂ ਨੂੰ 25,000 ਰੁਪਈਆ ਪੇਰੈਂਟਸ ਨੂੰ ਜੁਰਮਾਨਾ ਹੋ ਸਕਦਾ ਅਤੇ 3 ਸਾਲ ਦੀ ਕੈਦ ਹੋ ਸਕਦੀ ਉਹਨਾਂ ਦੇ ਪੇਰੈਂਟਸ ਨੂੰ। ਇਸ ਸੰਬੰਧੀ ਅਸੀਂ ਸੈਮੀਨਾਰ ਅੱਜ ਕਾਫੀ ਜਗ੍ਹਾ 'ਤੇ ਕੋਟਕਪੂਰਾ, ਫਰੀਦਕੋਟ ਅਤੇ ਜੱਤੋ ਦੇ ਅੰਦਰ ਬੈਨਰ ਬਣਾ ਕੇ ਲਵਾਏ ਆ ਸਕੂਲਾਂ ਦੇ ਅੰਦਰ ਔਰ ਪਬਲਿਕ ਪਲੇਸ 'ਤੇ। ਕਿਸ ਤਰ੍ਹਾਂ ਦਾ ਰਿਸਪੋਂਸ ਮਿਲਿਆ ਬੱਚਿਆਂ ਦੇ ਮਾਂ ਪਿਓ ਨਹੀਂ ਔਰ ਬੱਚਿਆਂ ਨੂੰ? ਰਿਸਪੋਂਸ ਥੋੜ੍ਹਾ ਮਿਲ ਰਿਹਾ ਜਿੰਨਾ ਮਿਲਣਾ ਚਾਹੀਦਾ ਸੀ, ਜਿਵੇਂ ਅਸੀਂ ਇੰਨੇ ਸੈਮੀਨਾਰ ਲਾਏ ਆ ਉਸ ਮੁਤਾਬਕ ਸਾਨੂੰ ਰਿਸਪੋਂਸ ਘੱਟ ਮਿਲ ਰਿਹਾ। ਕੱਲ੍ਹ ਮਤਲਬ ਇੱਕ ਦਿਨ ਅਸੀਂ ਬੱਚਿਆਂ ਨੂੰ ਰੋਕਿਆ ਦਸਮੇਸ਼ ਸਕੂਲ ਵਾਲਿਆਂ ਨੂੰ, ਔਰ ਜਦੋਂ ਰੋਕਿਆ ਤਾਂ ਪੇਰੈਂਟਸ ਨਾਲ ਉਹਨਾਂ ਨੇ ਗੱਲ ਕਰਾਈ, ਕਹਿੰਦੇ ਜੀ ਗੱਲ ਕਰ ਲਓ ਸਾਡੇ ਪੇਰੈਂਟਸ ਨਾਲ। ਮੈਂ ਕਾਫੀ ਪੇਰੈਂਟਸ ਨਾਲ ਗੱਲ ਕੀਤੀ, ਬਸ ਜੀ ਅੱਜ ਦਾ ਦਿਨ ਜਾਣ ਦਿਓ ਜੀ, ਕੱਲ੍ਹ ਤੋਂ ਅਸੀਂ ਨਹੀਂ ਦੇਵਾਂਗੇ। ਮੇਰਾ ਇਹੀ ਕਹਿਣਾ ਸੀ ਵੀ ਦੇਖੋ ਤੁਹਾਨੂੰ ਇਸ ਚੀਜ਼ ਤੋਂ ਤੁਸੀਂ ਜਾਣੂ ਆ ਕਿ ਨਹੀਂ, ਕਹਿੰਦੇ ਜੀ ਜਾਣੂ ਇਸ ਗੱਲ ਤੋਂ। ਫਿਰ ਮੈਂ ਕਿਹਾ ਤੁਸੀਂ ਜਾਣ ਬੁੱਝ ਕੇ ਕਿਉਂ ਕਾਨੂੰਨ ਨੂੰ ਆਪਣੇ ਹੱਥਾਂ 'ਚ ਲੈ ਰਹੇ ਹੋ? ਉਹਨਾਂ ਨੇ ਇਹੀ ਸਾਡੇ ਨਾਲ ਵਾਅਦਾ ਕੀਤਾ ਵੀ ਅਸੀਂ ਅੱਗੇ ਤੋਂ ਆਪਣੇ ਬੱਚੇ ਨੂੰ ਬਾਈਕ ਨਹੀਂ ਦੇਵਾਂਗੇ ਅਤੇ ਸਾਈਕਲ 'ਤੇ ਆਉਣਗੇ। ਅਸੀਂ ਇਹੀ ਸਾਰਿਆਂ ਨੂੰ ਬੱਚਿਆਂ ਨੂੰ ਰਿਕੁਐਸਟ ਉਹਦੇ ਪੇਰੈਂਟਸ ਨੂੰ ਕਰ ਰਹੇ ਹਾਂ ਵੀ ਤੁਸੀਂ ਬਾਈਕ ਦੀ ਜਗ੍ਹਾ 'ਤੇ ਜਿਹੜੇ ਘੱਟ ਉਮਰ ਦੇ ਬੱਚੇ ਆ ਲੋਕਲ ਆ ਉਹ ਸਾਈਕਲ 'ਤੇ ਆਉਣ ਨਾਲੇ ਤਾਂ ਉਹਨਾਂ ਦੀ ਸਿਹਤ ਦੀ ਤੰਦਰੁਸਤੀ ਰਹੂਗੀ ਅਤੇ ਨਾਲੇ ਤੁਹਾਨੂੰ ਕੋਈ ਕਿਸੇ ਤਰ੍ਹਾਂ ਦੀ ਟੈਨਸ਼ਨ ਨਹੀਂ ਰਹੂਗੀ। ਸਾਨੂੰ ਸਹਿਰ ਸੰਯੋਗ ਦਿਓ।